ਪਿਆ ਆਨੰਦ ਜਗਤ ਰਾਗ ਰਾਗਨੀ ਮੰਗਲ ਗਾਇਆ ਰਾਗ ਰਾਗਨੀ ਮੰਗਲ ਗਾਇਆ ਦੇਵਦਾਨੋ ਰਾਖਸ਼ ਦੈਤ ਸਭ ਦੇਵਦਾਨੋ ਰਾਖਸ਼ ਦੈਤ ਸਭ ਚਿੱਤ ਗੁਪਤ ਸਭ ਚਰਨੀ ਲਾਇਆ ਚਿੱਤ ਗੁਪਤ ਸਭ ਚਰਨੀ ਲਾ ਰਾਗ ਰਾਗਨੇ ਮੰਗਲ ਗਾਇਆ ਰਾਗ ਰਾਗਨੇ ਮੰਗਲ ਗਾਇਆ ਇੰਦਰਾਸਨੇ ਅਪਛਰਾ ਇੰਦਰਾਸਨੇ ਅਪਛ ਰਾਗ ਰਾਗਨੇ ਮੰਗਲ ਗਾਇਆ ਰਾਗ ਰਾਗਨੇ ਮੰਗਲ ਗਾਇਆ ਪਿਆ ਆਨੰਦ ਜਗਤ ਵਿੱਚ ਪਿਆ ਆਨੰਦ ਜਗਤ ਵਿੱਚ ਕੱਲ ਤਾਰਨ ਗੁਰੂ ਨਾਨਕ ਆਇਆ ਕੱਲ ਤਾਰਨ ਗੁਰੂ ਨਾਨਕ ਰਾਗ ਰਾਗਨੇ ਮੰਗਲ ਗਾਇਆ ਰਾਗ ਰਾਗਨੇ ਮੰਗਲ ਗਾਇਆ ਇੰਦਰਾਸਨ ਆਪਛ ਰਾਗ ਰਾਗਨੇ ਮੰਗਲ ਗਾਇਆ ਰਾਗ ਰਾਗਨੇ ਮੰਗਲ ਗਾਇਆ ਰਾਗ ਰਾਗਨੇ ਮੰਗਲ ਗਾਇਆ ਪਿਆ ਆਨੰਦ ਜਗਤ ਵਿੱਚ ਨੀਨੀ ਸਾਦਾ ਰੇ ਸਾਦਾ ਮਾਮਾ ਰੇ ਨੀਨੀ ਪਾਣੀ ਨੀ ਮਰੇ ਮਸਾਰੇ ਨੀਨੀ ਸਾ ਪਿਆ ਆਨੰਦ ਜਗਤ ਵਿੱਚ ਕੱਲ ਤਾਰਨ ਗੁਰੂ ਨਾਨਕ ਆਇਆ ਕੱਲ ਤਾਰਨ ਗੁਰੂ ਨਾਨਕ ਆਇਆ ਹਿੰਦੂ ਮੁਸਲਮਾਨ ਨਿਵਾਇਆ ਹਿੰਦੂ ਮੁਸਲਮਾਨ ਨੇ ਕੱਲ ਤਾਰਨ ਗੁਰੂ ਨਾਨਕ ਆਇਆ ਰਾਗ ਰਾਗਨੇ ਮੰਗਲ ਗਾਇਆ ਰਾਗ ਰਾਗਨੇ ਮੰਗਲ ਗਾਇਆ ਸਾਨੀ ਸਾਰੇ ਮਾਪਾ ਮਾਰੇ ਮਾਪਾ ਨੀ ਪਾਨੀ ਪਾ ਮਾਪਾ ਮਾਪਾ ਨੀ ਸਾਰੇ ਸਾਨੀ ਸਾ ਪਾਨੀ ਮਾਪਾ ਰੇ ਰਾਗ ਰਾਗਨੇ ਮੰਗਲ ਗਾਇਆ ਰਾਗ ਰਾਗਨੇ ਮੰਗਲ ਗਾਇਆ ਪਿਆ ਆਨੰਦ ਜਗਤ ਵਿੱਚ ਕੱਲ ਤਾਰਨ ਗੁਰੂ ਨਾਨਕ ਆਇਆ ਕੱਲ ਤਾਰਨ ਗੁਰੂ ਨਾਨਕ ਰਾਗ ਰਾਗਨੇ ਮੰਗਲ ਗਾਇਆ
ਰਾਗ ਰਾਗ ਨੇ ਮੰਗਲ ਗਾਇਆ, ਰਾਗ ਰਾਗ ਨੇ ਮੰਗਲ ਮੰਗਲ ਗਾਇਆ, ਮੰਗਲ ਗਾਇਆ, ਮੰਗਲ ਮੰਗਲ ਗਾਇਆ, ਮੰਗਲ 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 ਗਾਇਆ, ਮੰਗਲ ਗਾਇਆ, ਮੰਗਲ ਗਾਇਆ। ਇੰਦਰਾਸਨ ਅਪਸ਼ਰਾਂ ਨੇ ਮਿਲ ਕੇ ਰਾਗ ਰਾਗਨੀ ਮੰਗਲ ਗਾਇਆ, ਖੁਸ਼ੀਆਂ ਦੇ ਮੰਗਲ ਗੀਤ ਗਾਏ, ਖੁਸ਼ੀਆਂ ਮਨਾਈਆਂ ਅਰਸ਼ਾਂ ਫਰਸ਼ਾਂ ਤੋਂ, ਖੁਸ਼ੀਆਂ ਦੀ ਆਵਾਜ਼ ਆ ਰਹੀ ਕਿਉਂ ਕੱਲ੍ਹ ਤਾਰਨ ਸਾਰੇ ਆਖੋ ਕੱਲ੍ਹ ਤਾਰਨ ਗੁਰੂ ਨਾਨਕ ਆਇਆ, ਪਿਆ ਆਨੰਦ ਜਗਤ ਵਿੱਚ, ਜਗਤ ਵਿੱਚ ਪਿਆ ਆਨੰਦ ਜਗਤ ਵਿੱਚ, ਕੱਲ੍ਹ ਤਾਰਨ ਗੁਰੂ ਨਾਨਕ ਆਇਆ, ਜਿਸ ਗੁਰੂ ਨੇ ਹਿੰਦੂ ਮੁਸਲਮਾਨ ਨਿਵਾਇਆ, ਉਹਨਾਂ ਦਾ ਭੁਲੇਖਾ ਕੱਢਿਆ। ਜੋ ਕਿ ਮੁਸਲਮਾਨ ਕਹਿੰਦੇ ਸਨ ਸਾਡਾ ਅੱਲਾ ਵੱਡਾ ਹੈ, ਹਿੰਦੂ ਕਹਿੰਦੇ ਸਨ ਨਹੀਂ ਸਾਡਾ ਰਹੀਮ ਰਾਮ ਵੱਡਾ ਹੈ। ਬਸ ਇਸੇ ਹੀ ਝਗੜੇ ਵਿੱਚ ਫਸੇ ਪਏ ਸਨ ਦੋਨੋਂ ਕੌਮਾਂ, ਆਪਸ ਵਿੱਚ ਈਰਖਾ ਕਰਨ ਬਖੀਲੀ ਆਪ ਵਿੱਚ, ਹਿੰਦੂ ਅਤੇ ਮੁਸਲਮਾਨ ਆਪਸ ਵਿੱਚ ਈਰਖਾ ਵਕੀਲੀ ਕਰਨ ਵਕੀਲੀ ਆਪ ਵਿੱਚ। ਉਹਨਾਂ ਨੂੰ ਨਹੀਂ ਪਤਾ, ਉਹਨਾਂ ਨੂੰ ਨਹੀਂ ਗਿਆਨ ਕਿ ਰਾਮ ਰਹੀਮ ਇੱਕ ਥਾਂ ਖਲੋਈ ਖਲੋਏ, ਉਹਨਾਂ ਨੂੰ ਗਿਆਨ ਨਹੀਂ ਉਹੀ ਰਾਮ ਹੈ ਉਹੀ ਰਹੀਮ ਹੈ। ਉਹ ਤਾਂ ਧੰਨ ਧੰਨ ਸਾਡੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਭੁਲੇਖਾ ਕੱਢਿਆ, ਭਾਈ ਉਹ ਇੱਕ ਹੈ, ਉਸ ਇੱਕ ਨੂੰ ਯਾਦ ਕਰਨ ਵਾਸਤੇ ਕੋਈ ਬੋਲੇ ਰਾਮ ਰਾਮ ਕੋਈ ਖੁਦਾ, ਕੋਈ ਸੇਵੇ ਗੋਸਈਆਂ ਕੋਈ ਕੋਈ ਅੱਲਾਹ, ਉਹ ਇੱਕੋ ਗੱਲ ਹੈ। ਕੋਈ ਕਹੇ ਹਿੰਦੂ ਕੋਈ ਕਹੇ ਤੁਰਕ ਕੋਈ ਕਹੇ ਹਿੰਦੂ, ਕੋਈ ਬਾਂਚੇ ਪਿਸਤ ਸੋਈ ਸੁਰਗ ਹਿੰਦੂ। ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ, ਜਿਨ੍ਹਾਂ ਨੇ ਉਹਦਾ ਹੁਕਮ ਪਛਾਣਿਆ ਉਹਨਾਂ ਨੂੰ ਪ੍ਰਾਪਤ ਕਰ ਲਿਆ ਪਰਮਾਤਮਾ ਨੂੰ। ਗੁਰੂ ਨਾਨਕ ਸਾਹਿਬ ਸਾਡੇ ਚੰਗੇ ਭਾਗ ਨੇ ਭਾਈ ਗੁਰਸਿੱਖੋ, ਸਾਨੂੰ ਗੁਰੂ ਨਾਨਕ ਮਿਲਿਆ, ਸਾਡਾ ਗੁਰੂ ਮਿਲਿਆ, ਸਾਡੇ ਗੁਰੂ ਨੇ ਆਪਣੇ ਚਰਨਾਂ ਨਾਲ ਸਾਨੂੰ ਜੋੜਿਆ। ਬਲਿਹਾਰੀ ਗੁਰੀ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਦੇ ਦੇਵਤੇ ਕੀ ਕਰਤ ਨ ਲਾਗੀ ਵਾਰ। ਜੇ ਸੌ ਮੈਨੇ 98 99 100, ਜੇ 100 ਚੰਦਾ ਉਗਮ ਹੈ ਅਤੇ ਸੂਰਜ ਚੜ੍ਹੇ 1000, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁਨ ਅਗਨ ਕੱਟੇ ਸਭ ਤੇਰੇ। ਭਾਈ ਨੈਣ ਬੈਣ ਗੁਰੂ ਗੁਰੂ ਕਰੋ, ਅੱਖਾਂ ਕਰਕੇ ਗੁਰੂ ਦੇ ਦਰਸ਼ਨ ਕਰੋ, ਬੈਣ ਮੈਨੇ ਬਚਨਾਂ ਨਾਲ ਬਾਣੀ ਪੜ੍ਹੋ, ਗੁਰਨੈਣ ਬੈਣ ਗੁਰੂ ਗੁਰੂ ਕਰੋ। ਕਿਉਂ ਗੁਰੂ ਸੱਤ ਕਵ ਨਲ ਕਹੇ, ਨਲ ਕਵੀ ਪੱਟ ਉਹ ਕਹਿ ਰਹੇ ਨੇ ਪਿਆਰਿਓ ਦੁਨੀਆ ਦੇ ਲੋਗੋ, ਗੁਰੂ ਸੱਤ ਕਵ ਨਲ ਕਹੇ, ਜਿਨ ਗੁਰੂ ਨਾ ਦੇਖਿਓ ਨਾ ਕੀਓ ਅਤੇ ਅਕੇ ਅੱਤ ਸੰਸਾਰ ਮੈਂ। ਜਿਹੜੇ ਗੁਰੂ ਵਾਲੇ ਨਹੀਂ ਉਹ ਡੰਗਰਾਂ ਵਾਂਗ ਹੀ, ਉਹ ਅਕੇ ਹੱਥ ਨੇ ਸੰਸਾਰ 'ਤੇ ਆਏ, ਕਿਸੇ ਕੰਮ ਨਹੀਂ, ਬੋਝ ਨੇ ਧਰਤੀ 'ਤੇ। ਸੋ ਆਓ ਬਾਬਾ ਆਖੇ ਹਾਜੀਆਂ
ਸ਼ੁਭ ਅਮਲਾ ਬਾਜੋਂ ਜਦੋਂ ਪੁੱਛਣ ਖੋਲ ਪੁੱਛਣ ਫੋਲ ਕਿਤਾਬ ਨੂੰ ਦੱਸੋ ਬਾਬਾ ਜੀ ਇਹ ਜਿਹੜੀ ਤੁਹਾਡੇ ਕੋਲ ਕਿਤਾਬ ਹੈ ਕਿਉਂਕਿ ਬਾਬਾ ਜੀ ਕੋਲ ਆਸਾ ਹੱਥ ਕਿਤਾਬ ਕੱਛ ਆਸਾ ਮੈਨੇ ਇੱਕ ਸੋਟਾ ਹੁੰਦਾ ਸੀ ਗੁਰੂ ਨਾਨਕ ਸਾਹਿਬ ਦੇ ਹਸਤ ਕਮਲਾਂ ਵਿੱਚ ਅਤੇ ਕਿਤਾਬ ਅਸੀਂ ਕੋਲ ਹੀ ਰੱਖਦੇ ਸਨ ਜਿੱਥੇ ਬਾਣੀ ਉਚਾਰਦੇ ਉੱਥੇ ਲਿਖ ਵੀ ਲੈਂਦੇ ਸਨ ਆਸਾ ਹੱਥ ਕਿਤਾਬ ਕੱਛ ਅਤੇ ਉਸ ਕਿਤਾਬ ਨੂੰ ਕਹਿਣ ਲੱਗੇ ਫੋਲ ਕੇ ਦੱਸੋ ਜਿਹੜੀ ਤੁਹਾਡੇ ਕੋਲ ਕਿਤਾਬ ਆ ਇਹ ਕੀ ਕਹਿੰਦੀ ਹੈ ਹਿੰਦੂ ਵੱਡਾ ਜਾਂ ਮੁਸਲਮਾਨ ਵੱਡਾ ਅਤੇ ਬਾਬਾ ਜੀ ਨੇ ਫਿਰ ਉਹਨਾਂ ਦਾ ਭੁਲੇਖਾ ਕੱਢਿਆ ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾ ਬਾਜੋਂ ਦੋਨੋਂ ਰੋਈ ਆਹ ਪਿਆਰ ਨਾਲ ਸ਼ਬਦ ਪੜ੍ਹੀਏ ਬਾਬਾ ਆਖੇ ਹਾਜ਼ੀਆਂ ਬਾਬਾ ਆਖੇ ਹਾਜ਼ੀਆਂ ਸਾਰੇ ਜਪੋ ਬਾਬਾ ਆਖੇ ਹਾਜ਼ੀਆਂ ਬਾਬਾ ਆਖੇ ਸ਼ੁਭ ਅਮਲਾ ਬਾਜੋ ਦੋਨੋਂ ਰੋਈ ਬਾਬਾ ਆਖੇ ਹਾਜ਼ੀਆਂ ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾ ਬਾਜੋ ਦੋਨੋਂ ਰੋਈ ਪੜ੍ਹੋ ਸਾਰੇ ਬਾਬਾ ਆਖੇ ਹਾਜ਼ੀਆਂ ਪੁੱਛਣ ਗੱਲ ਇਮਾਨ ਦੀ ਕਾਜੀ ਮੁੱਲਾ ਇਕੱਠੇ ਹੋਈ ਵੱਡਾ ਸਾਂਗ ਵਰਤਾਇਆ ਲੱਗ ਨਾ ਸਕੇ ਕੁਦਰਤ ਕੋਈ ਲੱਗ ਨਾ ਸਕੇ ਕੁਦਰਤ ਕੋਈ ਬਾਬਾ ਆਖੇ ਹਾਜ਼ੀਆਂ ਆਖੋ ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾ ਬਾਜੋ ਦੋਨੋਂ ਬਾਬਾ ਆਖੇ ਹਾਜ਼ੀਆਂ ਬਾਬਾ ਆਖੇ ਹਾਜ਼ੀਆਂ
ਪੁੱਛਣ ਫੋਲ ਕਿਤਾਬ ਨੂੰ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨੋਈ ਹਿੰਦੂ ਵੱਡਾ ਕੇ ਮੁਸਲਮਾਨੋਈ ਹਿੰਦੂ ਵੱਡਾ ਕੇ ਮੁਸਲਮਾਨੋਏ ਬਾਬਾ ਆਖੇ ਹਾਜੀਆਂ ਮੇਰਾ ਬਾਬਾ ਆਖੇ ਹਾਜੀਆਂ ਸ਼ੁਭ ਅਮਲਾ ਬਾਜੋ ਦੋਨੋ ਰੋਏ ਬਾਬਾ ਆਖੇ ਹਾਜੀਆਂ ਬਾਬਾ ਆਖੇ ਹਾਜੀਆਂ ਹਿੰਦੂ ਮੁਸਲਮਾਨ ਦੋਏ ਦਰਗੇ ਅੰਦਰ ਲੈਨ ਨਟੋਈ ਦਰਗੇ ਅੰਦਰ ਲੈਨ ਨਟੋਏ ਉੱਥੇ ਸੱਚੀ ਹੀ ਸੱਚ ਨਿਬੜੇ ਹਿੰਦੂ ਮੁਸਲਮਾਨ ਦੋਏ ਦਰਗੇ ਅੰਦਰ ਲੈਨ ਨਟੋਈ ਉੱਥੇ ਸੱਚੇ ਹੀ ਸੱਚ ਨਿਬੜੇ ਚੁਣ ਵੱਖ ਕੱਢੇ ਜਜਮਾਲਿਆ ਥਾਂ ਨਾ ਪਾਇਨ ਕੂੜਿਆਰ ਮੂੰਹ ਕਾਲੇ ਦੋ ਚਿਕ ਚੱਲਿਆ ਤੇਰੇ ਨਾਏ ਰਤੇ ਸੇ ਜਿਣ ਗਏ ਤੇਰੇ ਨਾਏ ਰਤੇ ਸੇ ਜਿਣ ਗਏ ਹਾਰ ਗਏ ਸਿਠਗਣ ਵਾਲਿਆ ਲਿਖ ਨਾਵੇ ਧਰਮ ਬਹਾਲਿਆ ਹਿੰਦੂ ਮੁਸਲਮਾਨ ਦੋਏ ਹਿੰਦੂ ਮੁਸਲਮਾਨ ਦੋਏ ਦਰਗੇ ਅੰਦਰ ਲੈਨ ਨਟੋਈ ਦਰਗੇ ਅੰਦਰ ਲੈਨ ਨਟੋਏ ਮੇਰਾ ਬਾਬਾ ਆਖੇ ਹਾਜੀਆਂ
ਸ਼ੁਭ ਅਮਲਾਂ ਬਾਜੋ ਦੋਨੋ ਰੋਏ ਬਾਬਾ ਕੇ ਹਾਜੀਆਂ ਬਾਬਾ ਕੇ ਹਾਜੀਆਂ ਕਰਨ ਬਖੀਲੀ ਆਪ ਵਿੱਚ ਕਰਨ ਬਖੀਲੀ ਆਪ ਵਿੱਚ ਰਾਮ ਰਹੀਮ ਇੱਕ ਥਾਂ ਖਲੋਈ ਰਾਮ ਰਹੀਮ ਇੱਕ ਥਾਂ ਖਲੋਈ ਰਾਸਤਾਨੀ ਦੁਨੀਆ ਗੋਏ ਬਾਬਾ ਕੇ ਹਾਜੀਆਂ ਬਾਬਾ ਕੇ ਹਾਜੀਆਂ ਸ਼ੁਭ ਅਮਲਾਂ ਬਾਜੋ ਦੋਨੋ ਰੋਏ ਬਾਬਾ ਕੇ ਹਾਜੀਆਂ ਬਾਬਾ ਕੇ ਹਾਜੀਆਂ ਇਹ ਮੱਕੇ ਦੀ ਸਾਖੀ ਹੈ। ਫਿਰ ਬਾਬਾ ਮੱਕੇ ਗਿਆ ਨੀਲ ਬਸਤਰ ਧਾਰੇ ਬਨਵਾਰੀ ਆਸਾ ਹੱਥ ਕਿਤਾਬ ਕਛ ਪੂਜਾ ਵਾਂਗ ਮੁਸੱਲਾ ਧਾਰੀ। ਬਾਬਾ ਗੁਰੂ ਨਾਨਕ ਬੈਠਾ ਜਾਏ ਮਸੀਤ ਵਿੱਚ ਨਿਰਭੈ ਨਿਰਭਉ ਸਨ ਬਾਬਾ ਜੀ ਗੁਰੂ ਨਾਨਕ ਸਾਹਿਬ। ਬੈਠਾ ਜਾਏ ਮਸੀਤ ਵਿੱਚ ਜਿੱਥੇ ਹਾਜ਼ੀ ਹੱਜ ਗੁਜ਼ਾਰੀ ਜਾਂ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪਾਏ ਸਾਰੀ ਮਹਿਰਾਬਾ ਮੈਂ ਦੇਖਿਆ। ਮਸੀਤ ਦੇ ਪਿਛਲੇ ਪਾਸੇ ਇੱਕ ਡਾਟ ਜੀ ਹੁੰਦੀ ਹੈ ਪਿੱਛੇ ਨੂੰ ਕੱਢੀ ਹੋਈ, ਕਹਿੰਦੇ ਅੱਲਾ ਇੱਥੇ ਹੀ ਹੈ ਇਸ ਜਗ੍ਹਾ ਵਿੱਚ ਰਹਿੰਦਾ। ਅਤੇ ਬਾਬਾ ਜੀ ਉੱਧਰ ਆਪਣੇ ਪਵਿੱਤਰ ਚਰਨ ਕਰਕੇ ਸੌਂ ਗਏ ਜਾਂ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪਾਏ ਪਸਾਰੀ। ਕਾਜੀ ਮਾਰੀ ਲੱਤ ਦੀ ਇਹ ਕਿਹੜਾ ਸੁੱਤਾ ਕੁਫਰ ਕੁਫਾਰੀ, ਇਹ ਝੂਠਿਆਂ ਦਾ ਨਾਨਾ ਝੂਠਿਆਂ ਦਾ ਸ਼੍ਰੋਮਣੀ ਝੂਠਾ ਇਹ ਕੌਣ ਹੈ, ਇਹਨੂੰ ਪਤਾ ਹੀ ਨਹੀਂ ਅੱਲੇ ਦਾ ਡਰ ਨਹੀਂ ਹੈਗਾ, ਮਹਿਰਾਬੇ ਵੱਲ ਲੱਤਾਂ ਕਰਕੇ ਪਿਆ ਹੈ। ਜਾਂ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪਾਏ ਪਸਾਰੀ। ਕਾਜੀ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ, ਲੱਤਾਂ ਵੱਲ ਖੁਦਾਏ ਦੇ, ਲੱਤਾਂ ਵੱਲ ਖੁਦਾਏ ਦੇ ਕਿਉਂ ਕਰ ਪਿਆ ਹੋਏ ਬਜਗਾਰੀ,
ਟੰਗੋਂ ਪਕੜ ਘਸੀਟਿਆ। ਉਸ ਕਾਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਲੱਤ ਤੋਂ ਪਕੜ ਕੇ ਘਸੀਟ ਕੇ ਮਹਿਰਾਬੇ ਵੱਲੋਂ ਦੂਸਰੇ ਪਾਸੇ ਭਵਾ ਕੇ ਕਰ ਦਿੱਤਾ। ਕਾਜੀ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਬਰ ਖੁਬਾਰੀ। ਲੱਤਾਂ ਵੱਲ ਖੁਦਾਏ ਦੇ ਕਿਹੜਾ ਸੁੱਤਾ ਕੁਬਰ ਖੁਬਾਰੀ। ਟੰਗੂ ਪਕੜ ਘਸੀਟਿਆ ਕਿਹੜਾ ਸੁੱਤਾ ਕੁਬਰ ਖੁਬਾਰੀ। ਫਿਰਿਆ ਮੱਕਾ ਟੰਗੋਂ ਪਕੜ ਘਸੀਟਿਆ ਫਿਰਿਆ ਮੱਕਾ ਫਿਰਿਆ ਮੱਕਾ ਕਲਾ ਦਿਖਾਰੀ। ਹੋਏ ਹੈਰਾਨ ਕਰੇਨ ਜੁਹਾਰੀ ਜੁਹਾਰੀ। ਜਦੋਂ ਉਹਨਾਂ ਦਾ ਮੱਕਾ ਦੂਸਰੇ ਪਾਸੇ ਹੋ ਗਿਆ ਜਿੱਧਰ ਪਵਿੱਤਰ ਚਰਨ ਸਨ, ਹੈਰਾਨ ਹੋ ਕੇ ਮੱਥਾ ਟੇਕਣ ਲੱਗ ਪਏ ਸਾਰੇ। ਕਹਿੰਦੇ ਆਰਾਮ ਕਰਨ ਦਿਓ ਬਾਬਾ ਜੀ ਨੂੰ, ਆਰਾਮ ਕਰ, ਇਹ ਖੁਦਾ ਹੈ। ਬਾਬਾ ਜੀ ਨੇ ਆਰਾਮ ਕੀਤਾ, ਦਿਨ ਚੜ੍ਹਿਆ ਅਤੇ ਸਾਰੀ ਕਾਜੀ ਮੁੱਲਾਂ ਇਕੱਠੇ ਹੋ ਕੇ ਕਹਿਣ ਲੱਗੇ, ਤੁਸੀਂ ਤਾਂ ਖੁਦਾ ਦਾ ਰੂਪ ਹੋ ਅਤੇ ਆਹ ਭੁਲੇਖਾ ਸਾਡਾ ਕੱਢ ਦਿਓ ਵੀ ਵੱਡਾ ਕਿਹੜਾ ਤੁਹਾਡੀ ਨਿਗਾਹ ਵਿੱਚ। ਸਤਿਗੁਰ ਕਹਿਣ ਲੱਗੇ, ਕੋਈ ਵੱਡਾ ਨਹੀਂ, ਕਿਉਂਕਿ ਹਿੰਦੂ ਮੁਸਲਮਾਨ ਦੋਏ ਦਰਗੇ ਅੰਦਰ ਲੈਣ ਨਾ ਢੋਏ। ਕਰਨ ਵਕੀਲੀ ਆਪ ਵਿੱਚ ਪਤਾ ਨਹੀਂ ਕਿਸੇ ਨੂੰ ਕਿ ਰਾਮ ਰਹੀਮ ਇੱਕ ਥਾਂ ਇੱਕ ਲੋਈ, ਉਹੀ ਰਾਮ ਹੈ ਉਹੀ ਰਹੀਮ ਹੈ ਉਹੀ ਅੱਲਾਹ ਹੈ, ਇਹ ਗਿਆਨ ਨਹੀਂ ਹੈ ਨਾ ਹਿੰਦੂਆਂ ਨੂੰ ਅਤੇ ਨਾ ਮੁਸਲਮਾਨ ਨੂੰ ਆਪਸ ਵਿੱਚ। ਕਰਨ ਵਕੀਲੀ ਆਪ ਵਿੱਚ ਗੁਰੂ ਨਾਨਕ ਸਾਹਿਬ ਨੂੰ ਮੰਨਿਆ ਉਹਨਾਂ ਨੇ। ਜਦੋਂ ਜਾਣ ਲੱਗੇ ਨਾ ਮਰਦਾਨੇ, ਚੱਲੀਏ ਆਪਾਂ ਹੁਣ ਅੱਗੇ ਚੱਲੀਏ, ਅਤੇ ਉਹ ਕਾਜੀ ਮੁੱਲਾਂ ਸਾਰੇ ਟਹਿ ਕੇ ਚਰਨੀ ਪੈ ਗਏ। ਕਹਿੰਦੇ ਨਹੀਂ ਜੀ, ਕੁਛ ਸਮਾਂ ਸਾਡੇ ਕੋਲ ਹੋਰ ਰਹੋ, ਕਿਰਪਾ ਕਰੋ, ਚਰਨ ਪਾਓ। ਸਤਿਗੁਰੂ ਜੀ ਕਹਿਣ ਲੱਗੇ, ਤੁਹਾਡੇ ਵਰਗੇ ਹੋਰ ਕਈ ਨੇ ਜਿਨ੍ਹਾਂ ਦੇ ਭੁਲੇਖੇ ਕੱਢਣੇ ਆ, ਅਸੀਂ ਜਾਣਾ ਹੈ। ਫਿਰ ਕਾਜੀਆਂ ਨੇ ਬੇਨਤੀ ਕੀਤੀ ਗੁਰੂ ਨਾਨਕ ਸਾਹਿਬ ਨੂੰ, ਸੱਚੇ ਪਾਤਸ਼ਾਹ ਕੋਈ ਨਿਸ਼ਾਨੀ ਦੇ ਜਾਓ। ਇਹ ਸੁਣਨ ਵਾਲੀ ਗੱਲ ਜੇ ਕਾਜੀ ਮੌਲਾਣਿਆਂ ਨੇ ਬੇਨਤੀ ਕੀਤੀ ਗੁਰੂ ਨਾਨਕ ਨੂੰ, ਅੱਬਲ ਤਾਂ ਤੁਸੀਂ ਸਾਡੇ ਕੋਲ ਇੱਕ ਮਹੀਨਾ ਠਹਿਰੋ, ਜੇ ਨਹੀਂ ਠਹਿਰਦੇ ਸਾਨੂੰ ਕੋਈ ਨਿਸ਼ਾਨੀ ਤਾਂ ਦੇ ਜਾਓ। ਸਤਿਗੁਰੂ ਜੀ ਮਰਦਾਨੇ ਵੱਲ ਇਸ਼ਾਰਾ ਕਰਦੇ ਨੇ, ਮਰਦਾਨਾ ਜੀ ਕਿਹੜੀ ਇਹਨਾਂ ਨੂੰ ਨਿਸ਼ਾਨੀ ਦੇਈਏ, ਅਤੇ ਮਰਦਾਨੇ ਨੇ ਕਿਹਾ, ਮਹਾਰਾਜ ਆਪਣੇ ਚਰਨਾਂ ਦੀ ਇੱਕ ਖੜਾਵ ਦੇ ਦਿਓ। ਧਰੀ ਨਿਸ਼ਾਨੀ ਕੌਸ ਦੀ, ਧਰੀ ਨਿਸ਼ਾਨੀ ਕੌਸ ਦੀ, ਮੱਕੇ ਅੰਦਰ ਪੂਜ ਕਰਾਈ ਗੁਰੂ ਨਾਨਕ ਸਾਹਿਬ ਨੇ, ਕਿਉਂਕਿ ਗੁਰੂ ਨਾਨਕ ਸਾਹਿਬ ਜ਼ਾਹਿਰ ਪੀਰ ਜਗਤ ਗੁਰੂ ਬਾਬਾ, ਹੁਕਮੇ ਅੰਦਰ ਸਭ ਕੋ ਕੁਦਰਤ ਕਿਸ ਕੀ ਕਰੇ ਜਵਾਬਾ, ਜ਼ਾਹਿਰ ਪੀਰ ਜਗਤ ਗੁਰੂ ਬਾਬਾ। ਗੁਰੂ ਬੜੇ ਅਵਤਾਰ ਬੜੇ ਨੇ, ਪਰ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਰ ਰਾਖੀ ਮੇਰੀ। ਆਓ ਪਿਆਰ ਨਾਲ ਇਹ ਸ਼ਬਦ ਪੜ੍ਹੀਏ, ਸਾਰੇ ਪੜ੍ਹਦੇ ਹੋ ਅਤੇ ਅੱਜ ਵੀ ਸਾਰਿਆਂ ਨੇ ਪੜ੍ਹਨਾ। ਜਿੰਨੀ ਰਸਨਾ ਪਵਿੱਤਰ ਕਰੋਗੇ ਅਤੇ ਗੁਰੂ ਨਾਨਕ ਮਿਹਰ ਨਾਲ ਤੁਹਾਡੀਆਂ ਝੋਲੀਆਂ ਭਰਨਗੇ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨੂੰ ਗੁਰੂ ਨਾਨਕ ਦੀ ਮਿਹਰ ਪ੍ਰਾਪਤ ਕਰ ਲਓ। ਸਾਰੇ ਗਾਇਓ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇ। ਆਖੋ
ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਜਿਸ ਕੈ ਸਿਰ ਉਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ। ਜਿਸ ਕੈ ਸਿਰ ਉਪਰ ਸਾਰੇ ਸੁਆਮੀ, ਸੋ ਦੁੱਖ ਕੈਸਾ ਪਾਵੈ। ਬੋਲ ਨ ਜਾਣੇ ਮਾਇਆ ਮਦ ਮਾਤਾ, ਬੋਲ ਨ ਜਾਣੇ ਮਾਇਆ ਮਦ ਮਾਤਾ, ਮਰਨਾ ਚੇਤਨ ਆਵੇ, ਮਰਨਾ ਚੇਤਨ ਆਵੇ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਜਿਨ ਕਲ ਰਾਖੀ ਮੇਰੀ, 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 ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ।
ਮੇਰੇ ਰਾਮ ਰਾਏ, 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 ਤੂੰ ਸੰਤਾਂ ਕਾ ਸੰਤ ਤੇਰੇ ਮੇਰੇ ਰਾਮ ਰਾਏ, ਤੂੰ ਸੰਤਾਂ ਕਾ ਸੰਤ ਤੇਰੇ ਮੇਰੇ ਰਾਮ ਰਾਏ, ਤੂੰ ਸੰਤਾਂ ਕਾ ਸੰਤ ਤੇਰੇ ਮੇਰੇ ਰਾਮ ਰਾਏ, ਤੂੰ ਸੰਤਾਂ ਕਾ ਸੰਤ ਤੇਰੇ, ਤੂੰ ਸੰਤਾਂ ਕਾ ਸੰਤ ਤੇਰੇ, ਤੂੰ ਸੰਤਾਂ ਕਾ ਸੰਤ ਵਾਹਿਗੁਰੂ, ਤੂੰ ਸੰਤਾਂ ਕਾ ਸੰਤ ਤੇਰੇ, ਤੂੰ ਸੰਤਾਂ ਕਾ ਸੰਤ ਤੇਰੇ, ਵਾਹਿਗੁਰੂ ਵਾਹਿਗੁਰੂ ਵਾਹਿ, ਸਾਰੇ ਜਪੋ ਵਾਹਿਗੁਰੂ ਵਾਹਿਗੁਰੂ, ਧੰਨ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ, ਧੰਨ ਗੁਰੂ ਨਾਨਕ, 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 ਜਿਨ ਕਲ ਰਾਖੀ ਮੇਰੀ, 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 ਜਿਨ ਕਲ ਰਾਖੀ ਮੇਰੇ, ਜਿਨ ਕਲ ਰਾਖੀ ਮੇਰੀ, 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 ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ, ਸਭ ਤੇ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ,
ਜੋ ਤੇਰੇ ਰੰਗ ਰਾਤੇ ਸੁਆਮੀ ਤਿੰਨ ਕਾ ਜਨਮ ਮਰਨ ਦੁੱਖ ਨਾਸਾ। ਜੋ ਤੇਰੇ ਰੰਗ ਰਾਤੇ ਸੁਆਮੀ ਤਿੰਨ ਕਾ ਜਨਮ ਮਰਨ ਦੁੱਖ ਨਾਸਾ। ਜੋ ਤੇਰੇ ਰੰਗ ਰਾਤੇ ਸੁਆਮੀ ਤਿੰਨ ਕਾ ਜਨਮ ਮਰਨ ਦੁੱਖ ਨਾਸਾ। ਜੋ ਤੇਰੇ ਰੰਗ ਰਾਤੇ ਸੁਆਮੀ ਤਿੰਨ ਕਾ ਜਨਮ ਮਰਨ ਦੁੱਖ ਨਾਸਾ। ਤੇਰੀ ਬਖਸ਼ ਨ ਮੇਟੇ ਕੋਈ ਮੇਟੇ ਵਾਹਿਗੁਰੂ, ਤੇਰੀ ਬਖਸ਼ ਨ ਮੇਟੇ ਕੋਈ, ਤੇਰੀ ਬਖਸ਼ ਨ ਮੇਟੇ ਕੋਈ। ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿ ਵਾਹਿਗੁਰੂ 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 ਵਾਹਿਗੁਰੂ, 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 ਵਾਹਿਗੁਰੂ 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 ਵਾਹਿਗੁਰੂ। ਧੰਨ ਗੁਰੂ ਨਾਨਕ, 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 ਧੰਨ ਗੁਰੂ ਨਾਨਕ। ਜਿਨ ਕਰ ਰਾਖੀ ਮੇਰੀ, ਜਿਨ ਕਲ ਰਾਖੀ ਮੇਰੇ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੋ ਆਪੇ, ਅਮਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਗੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲੀਏ ਚੂਕੇ ਸਭ ਸੋਖ ਸੰਤਾਪੇ। ਧੰਨ ਗੁਰੂ ਨਾਨਕ, 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 ਧੰਨ ਗੁਰੂ ਨਾਨਕ। ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੇ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ।
ਨਾਮ ਧਿਆਇਨ ਸੁਖ ਫਲ ਪਾਇਨ ਆਠ ਪੈਰ ਆਰਾਧੇ। ਨਾਮ ਧਿਆਇਨ ਸੁਖ ਫਲ ਪਾਇਨ ਆਠ ਪੈਰ ਆਰਾਧੇ। ਤੇਰੀ ਸ਼ਰਨ ਤੇਰੇ ਪਰਵਾਸੇ ਤੇਰੇ ਪਰਵਾਸੇ ਤੇਰੀ ਸ਼ਰਨ ਤੇਰੇ ਪਰਵਾਸੇ ਤੇਰੀ ਸ਼ਰਨ ਤੇਰੇ ਪਰਵਾਸੇ। ਪੰਚ ਦੁਸ਼ਟ ਲੈ ਸਾਧੇ ਪੰਚ ਦੁਸ਼ਟ ਲੈ ਸਾਧੇ ਪੰਚ ਦੁਸ਼ਟ ਲੈ ਸਾਧੇ ਪੰਚ ਦੁਸ਼ਟ ਲੈ ਸਾਧੇ। ਗਿਆਨ ਧਿਆਨ ਕਿਛ ਕਰਮ ਨ ਜਾਣਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਵਾਹਿਗੁਰੂ ਸਾਰ ਨਾ ਜਾਣਾ ਤੇਰੀ ਸਾਰ ਨਾ ਜਾਣਾ ਤੇਰੀ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਆਦਿ ਨਿਰੰਜਨ ਹੈ ਗੁਰੂ ਨਾਨਕ ਆਦਿ ਨਿਰੰਜਨ ਹੈ ਗੁਰੂ ਨਾਨਕ ਤਾਰ ਕੇ ਮੂਰਤ ਹੈ ਜਗ ਆਇਓ ਤਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰ ਲੋਕ ਸੁਣਿਓ ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰ ਉਤਾਰਨ ਕੋ ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਗੁਰੂ ਨਾਨਕ ਸਾਹਿਬ ਪੰਥ ਚਲਾਇਆ ਵਾਹਿਗੁਰੂ ਗੁਰੂ ਨਾਨਕ ਸਾਹਿਬ ਵਾਹਿਗੁਰੂ ਗੁਰੂ ਨਾਨਕ ਸਾਹਿਬ ਤਾਰ ਕੇ ਮੂਰਤ ਹੈ ਜਗ ਆਇਓ ਤਾਰ ਕੇ ਮੂਰਤ ਹੈ ਜਗ ਆਇਓ ਤਾਰ ਕੇ ਮੂਰਤ ਹੈ ਜਗ ਆਇਓ ਤਾਰ ਕੇ ਮੂਰਤ ਹੈ ਜਗ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਸਤਿਗੁਰੂ ਨਾਨਕ ਪ੍ਰਗਟਿਆ ਅੱਜ ਉਹ ਦਿਹਾੜਾ ਹੈ। ਆਪ ਸਾਰਿਆਂ ਨੂੰ ਸਿੱਖ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਵਧਾਈਆਂ ਹੋਣ ਜੋ ਕਿ ਕਿੰਨੇ ਪਿਆਰ ਨਾਲ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ। ਕਿੰਨੀ ਸ਼ਰਧਾ ਹੈ, ਅਥਾਹ ਸ਼ਰਧਾ ਹੈ ਸੰਗਤਾਂ ਵਿੱਚ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਮੈਂ ਐਸੇ ਗੁਰਸਿੱਖ ਪਰਿਵਾਰਾਂ ਤੋਂ ਕੁਰਬਾਨ ਜਾਵਾਂ ਬਲਿਹਾਰ ਜਾਵਾਂ ਜਿਹੜੇ ਗੁਰੂ ਕੇ ਪਿਆਰੇ ਗੁਰਸਿੱਖ ਪਰਿਵਾਰ ਆਪਣੇ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਪ੍ਰਕਾਸ਼ ਦਿਹਾੜਾ ਮਨਾ ਰਹੇ ਨੇ ਅਤੇ ਹਾਜ਼ਰੀਆਂ ਭਰ ਰਹੇ ਨੇ। ਧੰਨ ਧੰਨ ਸੋ ਗੁਰਸਿੱਖ ਕਹੀਏ ਜੋ ਸਤਿਗੁਰ ਚਰਣੀ ਜਾਏ ਪਿਆ। ਧੰਨ ਧੰਨ ਸੋ ਗੁਰਸਿੱਖ ਕਹੀਏ ਜਿਨ ਹਰਨਾਮਾ ਮੁਖ ਰਾਮ ਕਹਿਆ। ਧੰਨ ਧੰਨ ਸੋ ਗੁਰਸਿੱਖ ਕਹੀਏ ਜਿਨ ਹਰਨਾਮ ਸੁਣੀਏ ਮਨ ਆਨੰਦ ਪਿਆ। ਉਹ ਆਪ ਹੋ ਗੁਰਸਿੱਖ।
ਗੁਰਸਿੱਖ ਪਰਿਵਾਰ ਸਤਿਗੁਰੂ ਜੀ ਦੀ ਬਖਸ਼ਿਸ਼ ਹੈ। ਅੱਜ ਖੁਸ਼ੀਆਂ ਨੇ, ਖੁਸ਼ੀਆਂ ਮਨਾ ਰਹੀਆਂ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਆਓ ਆਪਾਂ ਇੱਕ ਵਧਾਈਆਂ ਦਾ ਸ਼ਬਦ ਪੜ੍ਹ ਕੇ ਉਸ ਤੋਂ ਉਪਰੰਤ ਸਮਾਪਤੀ ਕਰਾਂਗੇ, 5 ਮਿੰਟ ਬਾਕੀ ਨੇ। ਤੇਰੇ ਘਰ ਆਨੰਦ ਵਧਾਏ, ਤੇਰੇ ਘਰ ਆਨੰਦ ਵਧਾਏ, ਵਧਾਏ ਦੁੱਧ ਘਰ ਵਧਾਏ, ਵਧਾਏ ਦੁੱਧ ਘਰ ਵਧਾਏ, ਤੇਰੇ ਘਰ ਆਨੰਦ ਵਧਾਏ, ਤੇਰੇ ਘਰ ਆਨੰਦ ਵਧਾਏ, ਵਧਾਏ ਦੁੱਧ ਘਰ ਵਧਾਏ, ਵਧਾਈ ਤੁਧ ਘਰ ਵਧਾਈ, ਵਧਾਈ ਤੁਧ ਘਰ ਵਧਾਈ, ਵਧਾਈ ਤੁਧ ਘਰ ਵਧਾਈ। ਵੱਡੀ ਵੱਡਾ ਅਪਾਰ ਤੇਰਾ ਮਰਤਬਾ, ਵੱਡੀ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਜਾਪਨ ਕਰਤਬਾ, ਨਜਾਪਨ ਕਰਤਬਾ, ਨਜਾਪਨ ਕਰਤਬਾ, ਤੇਰੇ ਘਰ ਆਨੰਦ ਵਧਾਏ, ਤੇਰੇ ਘਰ ਆਨੰਦ ਵਧਾਏ, ਵਧਾਈ ਤੁਧ ਘਰ ਵਧਾਈ, ਵਧਾਈ ਤੁਧ ਘਰ ਵਧਾਈ, ਤੇਰੇ ਘਰ ਆਨੰਦ ਵਧਾਏ, ਤੇਰੇ ਘਰ ਆਨੰਦ ਵਧਾਏ, ਵਧਾਈ ਤੁਧ ਘਰ ਵਧਾਈ, ਵਧਾਈ ਤੁਧ ਘਰ ਵਧਾਈ। ਜੀਆ ਅੰਤਰ ਜੀਉ ਸਭ ਕਿਛ ਜਾਣ ਲਾ, ਜੀਆ ਅੰਦਰ ਜੀਉ ਸਭ ਕਿਛ ਜਾਣ ਲਾ, ਸਭ ਕਿਛ ਤੇਰੇ ਬਸ ਤੇਰਾ ਕਰ ਭਲਾ, ਜੀ ਤੇਰਾ ਕਰ ਭਲਾ, ਜੀ ਤੇਰਾ ਕਰ ਭਲਾ, ਤੇਰੇ ਘਰ ਆਨੰਦ ਵਧਾਈ, ਤੇਰੇ ਘਰ ਆਨੰਦ ਵਧਾਈ, ਵਧਾਈ ਤੁਧ ਘਰ ਵਧਾਈ, ਵਧਾਈ ਤੁਧ ਘਰ ਵਧਾਈ, ਤੇਰੇ ਘਰ ਆਨੰਦ ਵਧਾਈ, ਤੇਰੇ ਘਰ ਆਨੰਦ ਵਧਾਈ, ਵਧਾਈ ਤੁਧ ਘਰ ਵਧਾਈ, ਵਧਾਈ ਤੁਧ ਘਰ ਵਧਾਈ। ਮਾਨ ਮਹੱਤਾ ਤੇਜ ਆਪਣਾ ਆਪ ਜਰ,
ਮਾਨ ਮਹਤਾ ਤੇਜ ਆਪਣਾ ਆਪ ਜਰ ਜੀ ਆਪਣਾ ਆਪ ਜਰ ਆਪਣਾ ਆਪ ਤੇਰੇ ਘਰ ਆਨੰਦ ਵਧਾਈ ਤੇਰੇ ਘਰ ਆਨੰਦ ਵਧਾਈ ਵਧਾਈ ਤੁਧ ਘਰ ਵਧਾਈ ਵਧਾਈ ਤੁਧ ਘਰ ਵਧਾਈ ਤੇਰੇ ਘਰ ਆਨੰਦ ਵਧਾਈ ਤੇਰੇ ਘਰ ਆਨੰਦ ਵਧਾਈ ਵਧਾਈ ਤੁਧ ਘਰ ਵਧਾਈ ਵਧਾਈ ਤੁਧ ਘਰ ਵਧਾਈ ਸਰਬ ਕਲਾ ਭਰਪੂਰ ਦੇਸੇ ਜਤ ਕਤਾ ਸਰਬ ਕਲਾ ਭਰਪੂਰ ਦੇਸੇ ਜਤ ਕਤਾ ਨਾਨਕ ਦਾਸਨ ਦਾਸ ਤੁਧਿਆ ਗੇ ਬਿਨਵਤਾ ਤੁਧਿਆ ਗੇ ਬਿਨਵਤਾ ਤੁਧਿਆ ਗੇ ਬਿਨਵਤਾ ਤੇਰੇ ਘਰ ਆਨੰਦ ਵਧਾਈ ਤੇਰੇ ਘਰ ਆਨੰਦ ਵਧਾਈ ਵਧਾਈ ਤੁਧ ਘਰ ਵਧਾਈ ਵਧਾਈ ਤੁਧ ਘਰ ਵਧਾਈ ਤੇਰੇ ਘਰ ਆਨੰਦ ਵਧਾਈ ਤੇਰੇ ਘਰ ਆਨੰਦ ਵਧਾਈ ਵਧਾਈ ਤੁਧ ਘਰ ਵਧਾਈ ਵਧਾਈ ਤੁਧ ਘਰ ਵਧਾਈ ਵਧਾਈ ਤੁਧ ਘਰ ਵਧਾਈ ਵਾਹਿਗੁਰੂ ਜੀ ਭੁੱਲਾ ਚੁੱਕਿਆ ਦੇਖੇ ਮਾਂ ਗੁਰੂ ਕੇ ਪਿਆਰੇ ਗੁਰੂ ਕੇ ਕੀਰਤਨੀਏ ਮਹਾਨ ਕੀਰਤਨੀਏ ਆ ਗਏ ਨੇ ਰਾਗੀ ਜਥਾ ਸੋ ਇਸ ਤਰ੍ਹਾਂ ਹੀ ਇਕਾਗਰਤਾ ਬਖਸ਼ੋ ਕਲਯੁਗ ਮੈਂ ਕੀਰਤਨ ਪ੍ਰਧਾਨਾ